ਐਸ ਸਾਕੀ ਦੀ ਕਹਾਣੀ ਸ਼ੇਰਨੀ ਦਾ ਅਗਲਾ ਹਿੱਸਾ ਨਾਨੀ ਮਾਂ ਦੇ ਸੱਜੇ ਹੱਥ 'ਚ ਸੋਟੀ ਫੜੀ ਹੋਈ ਸੀ ਜਿਸ 'ਤੇ ਉਹਦੇ ਹੱਥ ਦੀ ਮਜ਼ਬੂਤ ਪਕੜ ਸੀ ਭਾਵੇਂ ਉਹਦੀ ਟੋਰਚੇ ਨਹੀਂ ਕਾਲ ਨਹੀਂ ਸੀ ਤਵਿਉ ਆਪਣੀ ਦੇਹ ਦਾ ਬੋਝ ਚੁੱਕ ਕੇ ਆਸਾਨੀ ਨਾਲ ਤੁਰ ਰਹੀ ਸੀ ਉਸ ਬਾਂਸ ਦੀ ਸੋਟੀ ਤੋਂ ਸਿਵਾਉ ਨੂੰ ਹੋਰ ਕਿਸੇ ਸਹਾਰੇ ਦੀ ਲੋੜ ਨਹੀਂ ਸੀ ਅਸੀਂ ਛੇਤੀ ਘਰ ਪਹੁੰਚ ਗਏ ਸਾਂਝ ਹੋਇਆ ਅਸੀਂ ਨਾਨੀ ਮਾਂ ਨਾਲ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਦਰਸ਼ਨਾਂ ਨੂੰ ਚਲੇ ਗਏ। ਨਾਨੀ ਮਾਂ ਨੇ ਉੱਥੇ ਬਹੁਤ ਸ਼ਰਧਾਨਾਲ ਮੱਥਾ ਟੇਕਿਆ, ਇਸ਼ਨਾਨ ਕੀਤਾ ਤੇ ਕੜਾ ਪ੍ਰਸ਼ਾਦ ਦੀ ਦੇਖ ਕਰਵਾਈ ਤੇ ਅਸੀਂ ਘਰ ਮੁੜ ਆਏ। ਸਾਰਿਆਂ ਮਿਲ ਕੇ ਰਾਤ ਦੀ ਰੋਟੀ ਖਾਧੀ ਤੇ ਸੌਣ ਲਈ ਛੱਤ ਤੇ ਜਾ ਚੜ੍ਹੇ। ਗਰਮੀਆਂ ਦੇ ਦਿਨ ਸਨ। ਸਾਰਿਆਂ ਨੇ ਨਾਨੀ ਮਾਂ ਦੇ ਮੰਜੇ ਨੇੜੇ ਮੰਜੇ ਢਾਲੇ। ਸਾਡੇ ਮਨਾਂ 'ਚ ਉਹਦੇ ਜੀਵਨ ਦੀਆਂ ਹੋਰ ਗੱਲਾਂ ਸੁਣਨ ਦੀ ਇੱਛਾ ਜੋ ਸੀ। ਨਾਨੀ ਮਾਂ ਸਾਡੇ ਨਾਲ ਗੱਲਾਂ ਕਰਨ ਲੱਗੀ ਗੱਲਾਂ ਵੀ ਕਾਹਦੀਆਂ ਆਪਣੇ ਬੀਤੇ 83 ਵਰਿਆਂ ਦੇ ਹਿਸਾਬ ਕਿਤਾਬ ਦੀ ਇੱਕ ਕਾਪੀ ਜਿਵੇਂ ਉਹਨੇ ਮੋੜ ਸਾਡੇ ਸਾਹਮਣੇ ਖੋਲ ਲਈ ਸੀ ਜਿੱਤੇ ਹਰ ਇੱਕ ਵਰਕੇ ਤੇ ਕੁਝ ਨਾ ਕੁਝ ਲਿਖਿਆ ਹੋਇਆ ਸੀ ਹੌਲੀ ਹੌਲੀ ਉਸ ਚ ਹਰ ਇੱਕ ਗੱਲ ਬਾਤ ਨਿਕਲਣ ਲੱਗੀ ਉਹਦੀਆਂ ਸਾਰੀਆਂ ਗੱਲਾਂ ਬਹੁਤ ਰੋਮਾਂਚਿਕ ਸਨ ਤੇ ਬਹਾਦਰੀ ਵਾਲੀਆਂ ਵੀ ਸੁਣ ਕੇ ਵਿਸ਼ਵਾਸ ਹੀ ਨਹੀਂ ਸੀ ਹੋ ਰਿਹਾ ਕਿ ਉਸ ਨਾਲ ਇਸ ਤਰ੍ਹਾਂ ਵੀ ਬੀਤਿਆ ਹੋਣਾ ਹੈ ਨਾਨੀ ਮਾਂ ਦੀਆਂ ਗੱਲਾਂ ਦਾ ਸਭ ਆਨੰਦ ਮਾਨ ਰਹੇ ਸਨ ਉਹਦੀ ਆਵਾਜ਼ ਦੇ ਨਾਲ ਕਿਸੇ ਨਾ ਕਿਸੇ ਦੇ ਹੁੰਗਾਰਾ ਭਰੰਦੀ ਆਵਾਜ਼ ਵੀ ਆ ਰਹੀ ਸੀ ਉਹਨਾਂ ਆਨੰਦ ਮਾਨਣ ਵਾਲਿਆਂ 'ਚ ਮੈਂ ਵੀ ਸੀ ਪਰ ਇੰਜ ਲੱਗ ਰਿਹਾ ਸੀ ਜਿਵੇਂ ਮੈਨੂੰ ਤਾਂ ਕੁਝ ਵੀ ਸੁਣਾਈ ਨਹੀਂ ਦੇ ਰਿਹਾ ਸੀ ਮੇਰੇ ਅੰਦਰ ਤਾਂ ਬਸ ਇੱਕੋ ਸਵਾਲ ਸੀ ਕਿ ਨਾਨੀ ਮਾਂ ਨੇ ਸਾਰੀ ਉਮਰ ਵਿਆਹ ਕਿਉਂ ਨਾ ਕਰਵਾਇਆ ਕਿਉਂ ਸਾਰੀ ਉਮਰ ਇਕੱਲੀ ਰਹੀ ਕਿਉਂਕਿ ਉਹਨਾਂ ਸਮਿਆਂ 'ਚ ਘਰ ਦੀਆਂ ਕੁੜੀਆਂ 'ਚ ਕੁਆਰੇ ਰਹਿਣ ਦਾ ਰਵਾਜ ਨਹੀਂ ਸੀ ਅਚਾਨਕ ਉਹਨਾ ਟੁਰਦੀਆਂ ਗੱਲਾਂ 'ਚ ਮੈਂ ਪੁੱਛੀ ਬੈਠਾ ਨਾਨੀ ਮਾਂ ਤੁਸੀਂ ਸਾਰੀ ਉਮਰ ਵਿਆਹ ਕਿਉਂ ਨਹੀਂ ਕਰਾਇਆ ਮੇਰੇ ਇਸ ਸਵਾਲ ਤੇ ਜਿਵੇਂ ਸਾਡੇ ਵਿੱਚ ਇੱਕ ਖਾਮੋਸ਼ੀ ਜੀ ਛਾ ਗਈ ਬਾਤਾਂ ਪਾਉਂਦੀ ਨਾਨੀ ਮਾਂ ਵੀ ਚੁੱਪ ਹੋ ਗਈ ਉਹਦੀਆਂ ਟੁਰਦੀਆਂ ਗੱਲਾਂ ਜਿਵੇਂ ਖੜੂ ਹੋ ਗਈਆਂ ਜਿਵੇਂ ਕਿਸੇ ਨੇ ਉਹਨਾਂ ਨੂੰ ਫੜ ਲਿਆ ਖਾਸਾ ਚਿਰ ਕੋਈ ਕੁਛ ਨਾ ਬੋਲਿਆ ਜਿਵੇਂ ਸਾਰੀ ਨਾਨੀ ਮਾਂ ਨੂੰ ਪੁੱਛੇ ਗਏ ਸਵਾਲ ਦਾ ਜਵਾਬ ਸੁਣਨ ਦਾ ਇੰਤਜ਼ਾਰ ਕਰਨ ਲੱਗੇ ਅਖੀਰ ਚ ਨਾਨੀ ਮਾਂ ਨੇ ਨੂੰ ਬੋਲਣਾ ਹੀ ਪਿਆ ਨਹੀਂ ਪੁੱਤ ਮੇਰਾ ਵਿਆਹ ਤਾਂ ਹੋਇਆ ਸੀ ਇਹ ਤੈਨੂੰ ਕਿਹਨੇ ਕਿਹਾ ਕਿ ਮੈਂ ਸਾਰੀ ਉਮਰ ਇਸੇ ਤਰ੍ਹਾਂ ਰਹੀ ਨਾਨੀ ਮਾਂ ਦੇ ਇਸ ਜਵਾਬ ਵਿੱਚੋਂ ਨਿਕਲੇ ਸਵਾਲ ਤੇ ਮੈਂ ਕਹਿੰਦਾ ਕਹਿੰਦਾ ਰਹਿ ਗਿਆ ਕਿ ਇਸ ਗੱਲ ਦਾ ਪਤਾ ਮੈਨੂੰ ਗੁਰਮੀਲ ਕੋਲੋਂ ਲੱਗਿਆ ਹੈ ਹਾਂ ਤੈਨੂੰ ਗੁਰਮੀਲ ਨੇ ਦੱਸਿਆ ਹੋਣਾ ਉਹ ਤਾਂ ਕਮਲਾ ਹੈ ਕਿਸੇ ਥਾਂ ਦਾ ਉਨ ਸਾਰੀਆਂ ਗੱਲਾਂ ਦਾ ਥੋੜਾ ਪਤਾ ਹੈ ਤੇ ਜਿਵੇਂ ਨਾਨੀ ਮਾਂ ਨੇ ਮੇਰੇ ਦਿਲ ਦੀ ਬਾਤ ਫੜ ਲਈ ਸੀ ਉਹਦੀ ਇਸ ਗੱਲ ਤੇ ਮੈਂ ਤੇ ਗੁਰਮੀਲ ਕੁਛ ਨਾ ਬੋਲੇ ਮੇਰਾ ਵਿਆਹ ਤਾਂ ਹੋਇਆ ਸੀ ਪਰ ਨਾਨੀ ਮਾਂ ਨੇ ਗੱਲ ਪਰ ਤੇ ਆ ਕੇ ਛੱਡ ਦਿੱਤੀ ਤੇ ਉਹ ਖਾਸਾ ਚਿਰ ਕੁਛ ਨਾ ਬੋਲੀ ਗੱਲ ਨੂੰ ਅੱਗੇ ਟੋਰਨ ਲਈ ਮੈਨੂੰ ਹੀ ਕਹਿਣਾ ਪਿਆ ਪਰ ਕੀ ਨਾਨੀ ਮਾਂ ਹਾਂ ਪੁੱਤ ਬਹੁਤ ਪਹਿਲਾਂ ਦੀ ਗੱਲ ਹੈ ਜਦੋਂ ਅੱਜ ਵਾਂਗ ਨਹੀਂ ਸੀ ਹੁੰਦਾ ਹੁਣ ਤਾਂ ਮੁੰਡੇ ਕੁੜੀਆਂ ਤੇ ਉਹਨਾਂ ਦੇ ਮਾਪੇ ਸਾਰੇ ਸਿਆਣੇ ਹੋ ਗਏ ਨੇ ਪਰ ਸਾਡੇ ਵਕਤਾਂ ਵਿੱਚ ਅਜਿਹਾ ਨਹੀਂ ਸੀ ਉਹਨਾਂ ਦਿਨਾਂ 'ਚ ਤਾਂ ਛੋਟੀ ਉਮਰ 'ਈ ਮੁੰਡੇ ਕੁੜੀਆਂ ਵਿਆਹ ਦਿੱਤੇ ਜਾਂਦੇ ਸੀ ਜਦ ਕਿ ਉਹਨਾਂ ਨੂੰ ਵਿਆਹਾਂ ਦਾ ਪਤਾ ਤੱਕ ਨਹੀਂ ਸੀ ਹੁੰਦਾ ਤੇ ਮੇਰੇ ਨਾਲ ਵੀ ਇਸੇ ਤਰ੍ਹਾਂ ਹੋਇਆ ਆ ਗੁਰਮੀਲ ਦੀ ਨਾਨੀ ਤੇ ਮੈਂ ਆਪਣੇ ਮਾਪਿਆਂ ਦੀਆਂ ਦੋ ਹੀ ਧੀਆਂ ਸੀ ਮੈਂ ਵੱਡੀ ਸੀ ਤੇ ਦੀ ਨਾਨੀ ਮੇਰੇ ਨਾਲੋਂ ਦੋ ਕੁ ਬਰੇ ਛੋਟੀ ਤੇ ਮੈਨੂੰ ਠੀਕ ਨਾਲ ਹੁਣ ਯਾਦ ਵੀ ਨਹੀਂ ਕਿ ਕਿਵੇਂ ਸਾਡੇ ਪਿੰਡੋਂ ਕੋਈ ਦੋ ਕੋਹ ਦੀ ਦੂਰੀ ਤੇ ਗਿੱਲਾਂ ਦੇ ਪਿੰਡ ਮੇਰਾ ਵਿਆਹ ਪੱਕਾ ਕਰ ਦਿੱਤਾ ਸੀ ਮੈਂ ਘਰ ਵਾਲੇ ਨੂੰ ਨਹੀਂ ਸੀ ਦੇਖਿਆ ਅਸਲ 'ਚ ਤਾਂ ਤਦੋਂ ਮੁੰਡਾ ਕੁੜੀ ਇੱਕ ਦੂਜੇ ਨੂੰ ਵੇਖ ਵੀ ਨਹੀਂ ਸੀ ਸਕਦੇ ਜੋ ਮਾਪੇ ਉਲਟਾ ਸਿੱਧਾ ਕਰ ਦਿੰਦੇ ਉਹੀ ਸੱਚ ਮੰਨਿਆ ਜਾਂਦਾ ਸੀ ਇਹ ਵੇਖਣ ਤੇ ਪਰਖਣ ਦੇ ਰਿਵਾਜ ਤਾਂ ਹੁਣ ਸ਼ੁਰੂ ਹੋਏ ਐ ਉਸ ਵੇਲੇ ਮੈਂ ਮਸਾਂ 14 ਸਾਲਾਂ ਦੀ ਹੋਵਾਂਗੀ ਤੇ ਮੇਰਾ ਘਰ ਵਾਲਾ ਮੇਰੇ ਤੋਂ ਖਾਸਾ ਵੱਡਾ ਸੀ ਹੋ ਗੋ 17 18 ਦਾ ਹੁਣ ਹੈ ਗੁਰਦੁਆਰੇ ਆਨੰਦਕਾਰ ਚ ਪੜਵਾ ਕੇ ਮੁੰਡੇ ਵਾਲੇ ਮੈਨੂੰ ਨਾਲ ਲੈ ਗਏ ਮੈਂ ਇੱਕ ਰਾਤ ਸਾਰੇ ਘਰ ਰਹਿ ਕੇ ਅਗਲੇ ਦਿਨ ਪਿੰਡ ਮੁੜਾਈ ਨਾਨੀ ਮਾ ਬੋਲਦੀ ਬੋਲਦੀ ਚੁੱਪ ਕਰ ਗਈ ਸਾਡੇ ਵਿੱਚੋਂ ਵੀ ਕਿਸੇ ਨੇ ਅੱਗੋਂ ਕੁਛ ਨਾ ਪੁੱਛਿਆ ਮੇਰੀ ਸੱਸ ਨੂੰ ਦੀਦਾ ਘੱਟ ਸੀ ਨਾਨੀ ਮਾ ਅੱਗੇ ਦੀ ਗੱਲ ਦੱਸਣ ਲੱਗੀ ਘਰ ਚ ਉਹ ਮੇਰਾ ਸਹੁਰਾ ਤੇ ਸੱਸ ਤਿੰਨ ਹੀ ਜੀ ਸਨ ਵਿਆਹ ਤੋਂ ਕੋਈ 10 ਦਿਨਾਂ ਬਾਅਦ ਸਵੇਰ ਧੁੱਪ ਚੜਿਆਂ ਤੇ ਉਹ ਸਾਡੇ ਘਰ ਆ ਕੇ ਬਾਹਰ ਵਿਹੜੇ 'ਚ ਦਈ ਮੰਜ਼ੀ ਤੇ ਬਹਿ ਗਿਆ। ਮੈਂ ਨਸਕੀ ਅੰਦਰ ਦਲਾਨ 'ਚ ਜਾ ਛਿਪੀ। ਤੇ ਮਾਂ ਮੈਨੂੰ ਤਿਆਰ ਕਰਨ ਲੱਗੀ। ਮੈਨੂੰ ਨਹੀਂ ਸੀ ਪਤਾ ਉਹ ਜੇ ਆ ਕਿਉਂ ਕਰ ਰਹੀ ਸੀ। ਫਿਰ ਮਾਂ ਨੇ ਮੈਨੂੰ ਉਸ ਨਾਲ ਤੁਰਨ ਲਈ ਆਖਿਆ। ਪਹਿਲਾਂ ਤਾਂ ਮੈਂ ਕੁਝ ਸਮਝੀ ਨਾ। ਦੂਜੇ ਮਨ 'ਚ ਚਜਕ ਤੇ ਸ਼ਰਮ ਸੀ। ਪਰ ਇਹਦੇ ਨਾਲ ਸਹੁਰੇ ਘਰ ਜਾਣ ਦਾ ਇੱਕ ਚਾਅ ਵੀ ਸੀ। ਮਾਂ ਨੇ ਕਿਹਾ ਕਿ ਮੈਂ ਉਹਦੇ ਪਿੱਛੇ-ਪਿੱਛੇ ਟੁਰ ਪਈ। ਟੁਰਨ ਤੋਂ ਪਹਿਲਾਂ ਮਾਂ ਨੇ ਮੈਨੂੰ ਦੱਸਿਆ ਕਿ ਮੈਂ ਉਹਨਾਂ ਦੇ ਘਰ ਜਾ ਕੇ ਸਾਰਾ ਕੰਮ ਕਰਾਂ। ਦੋਵੇਂ ਵੇਲੇ ਦਾ ਟੁੱਕ ਪਕਾਵਾਂ, ਭਾਂਡੇ ਮੰਜਾਂ, ਸਾਂਝ ਵੇਲੇ ਉਹ ਮੈਨੂੰ ਇੱਥੇ ਛੱਡ ਜਾਏਗਾ। ਕਿਉਂਕਿ ਛੋਟੀ ਉਮਰ ਹੋਣ ਤੇ ਮਾਪਿਆਂ ਮੇਰਾ ਮੁਕਲਾਵਾ ਨਹੀਂ ਸੀ ਦਿੱਤਾ। ਫਿਰ ਇਸੇ ਤਰ੍ਹਾਂ ਹੋਇਆ ਮੈਂ ਸਹੁਰੇ ਘਰ ਪਹੁੰਚ ਸਾਰਾ ਕੰਮ ਕੀਤਾ, ਰੋਟੀ ਟੁੱਕ ਤਿਆਰ ਕੀ ਕਰਕੇ ਭਾਂਡੇ ਮੰਜੇ ਸਾਂਝ ਹੋਇਆ। ਸੱਸ ਮੈਨੂੰ ਉਸ ਨਾਲ ਜਾਣ ਲਈ ਆਖਿਆ। ਉਸ ਸوير ਵਾਂਗ ਫੇਰ ਮੇਰੇ ਨਾਲ ਬਿਨਾ ਬੋਲੇ ਅੱਗੇ-ਅੱਗੇ ਤੁਰਦਾ ਰਿਹਾ ਤੇ ਉਹਨੇ ਸਾਰੇ ਰਾਹ ਇੱਕ ਵਾਰੀ ਵੀ ਪਿੱਛੇ ਮੁੜ ਕੇ ਨਾ ਵੇਖਿਆ ਪਿੰਡ ਪਹੁੰਚੋ ਸਾਡੇ ਘਰ ਦੇ ਬਾਹਰਲੇ ਬੂਹੇ ਤੋਂ ਹੀ ਵਾਪਸ ਮੁੜ ਗਿਆ ਫਿਰ ਉਹ ਜੇ ਇਸੇ ਤਰ੍ਹਾਂ ਹੁੰਦਾ ਮੇਰਾ ਘਰ ਵਾਲਾ ਧੁੱਪ ਚੜਿਆਂ ਸਾਡੇ ਘਰ ਆ ਜਾਂਦਾ ਮਾਂ ਉਸ ਲਈ ਵੇੜੇ ਚੂਚੇਚਾ ਮੰਝਾ ਢਾ ਦਿੰਦੀ ਉਹ ਗੁਮ ਸਮਝਾ ਕੇ ਉੱਤੇ ਬਹਿ ਜਾਂਦਾ ਮਾਂ ਮੈਨੂੰ ਤਿਆਰ ਕਰਕੇ ਉਸ ਨਾਲ ਤੋਰ ਦਿੰਦੀ ਉਹ ਅੱਗੇ-ਅੱਗੇ ਤੁਰਦਾ ਰਹਿੰਦਾ ਤੇ ਮੈਂ ਉਹਦੇ ਪਿੱਛੇ-ਪਿੱਛੇ ਜਿਵੇਂ ਖੇਤਾਂ ਤੇ ਪਗਡੰਡੀਆਂ ਤੋਂ ਹੁੰਦੇ ਹੋਏ ਉਹਦੇ ਪਿੰਡ ਪਹੁੰਚ ਜਾਂਦੇ ਭਾਵੇਂ ਮੇਰਾ ਮਨ ਬਹੁਤ ਕਰਦਾ ਸੀ ਪਰ ਤਾਂ ਵੀ ਸਾਰੇ ਰਾਹ ਸਾਡੀ ਕੋਈ ਗੱਲ ਨਾ ਹੁੰਦੀ ਮੇਰੇ ਜੀ ਚਾਹੁੰਦਾ ਉਹ ਮੇਰੇ ਨਾਲ ਬੋਲੇ ਕੁਝ ਕਹੇ ਕੋਈ ਗੱਲ ਕਰੇ ਪਰ ਉਹ ਚੁੱਪ ਹੀ ਰਹਿੰਦਾ ਤੇ ਮੇਰੇ ਕੋਲੋਂ ਕਦੇ ਪਹਿਲ ਨਾ ਹੁੰਦੀ ਉਹ ਮੂੰਹ ਫੁਲਾਈ ਤੁਰਦਾ ਰਹਿੰਦਾ ਤੇ ਦੋ ਕੋਹਾਂ ਦਾ ਪੰਡਾ ਮੁੱਕ ਜਾਂਦਾ ਆਥਣ ਹੋਇਆ ਤੇ ਰੋਜ਼ ਵਾਂਗ ਮੈਨੂੰ ਸਾਡੇ ਘਰ ਛੱਡ ਜਾਂਦਾ ਇਸੇ ਤਰ੍ਹਾਂ ਕਈ ਮਹੀਨੇ ਲੰਘ ਗਏ ਫਿਰ ਇੱਕ ਦਿਨ ਦੀ ਗੱਲ ਠੀਕ ਹੈ ਨਾਨੀ ਮਾਂ ਚੁੱਪ ਕਰ ਗਈ। ਮੈਨੂੰ یوں ਲੱਗਾ ਜਿਵੇਂ ਗੱਲ ਅਧੂਰੀ ਛੱਡ ਕੇ ਉਹਨੇ ਹੌਕਾ ਭਰਿਆ ਹੋਵੇ। ਸਾਡੇ ਵਿੱਚੋਂ ਕੋਈ ਵੀ ਕੁਝ ਨਾ ਬੋਲਿਆ। ਨਾ ਹੀ ਸਾਰਿਆਂ ਵਿੱਚੋਂ ਕਿਸੇ ਨੂੰ ਨਾਨੀ ਮਾਂ ਦੇ ਉਸ ਹੌਕੇ ਦਾ ਪਤਾ ਲੱਗਾ। ਉਹ ਬਹੁਤ ਚਿਰ ਚੁੱਪ ਨਾ ਰਹਿ ਸਕੀ ਤੇ ਅਧੂਰੀ ਗੱਲ ਦੱਸਣ ਲੱਗੀ। ਇੱਕ ਦਿਨ ਉਹ ਰੋਜ਼ਵਾਂਗ ਮੈਨੂੰ ਲੈਣ ਆਇਆ। ਉਸ ਦਿਨ ਮਾਂ ਤੇ ਬਾਪੂ ਨਾਲ ਦੇ ਪਿੰਡ ਕਿਸੇ ਦੇ ਮਰਨ ਤੇ ਚਲੇ ਗਏ ਸੀ। ਅਚਾਨਕ ਸੁਨੇਹਾ ਮਿਲਣ ਤੇ ਉਹਨਾਂ ਨੂੰ ਜਾਣਾ ਪੈ ਗਿਆ ਸੀ ਤੇ ਜਾਣਦਿਆਂ ਵੀ ਕਿ ਉਹ ਮੈਨੂੰ ਲੈਣ ਆਏਗਾ ਉਹ ਨਾਲ ਮੇਰੀ ਛੋਟੀ ਭੈਣ ਨੂੰ ਵੀ ਲੈ ਗਏ ਸਨ ਘਰ 'ਚ ਮੈਂ ਕੱਲੀ ਸੀ ਤੇ ਜਾਂਦੀ ਹੋਈ ਮਾਂ ਮੈਨੂੰ ਸਾਰਾ ਕੁਝ ਸਮਝਾ ਗਈ ਸੀ ਉਹ ਰੋਜ਼ ਵਾਂਗ ਸਵੇਰੇ ਆ ਕੇ ਬਾਹਰ ਵਿਹੜੇ 'ਚ ਡਾਈ ਮੰਜੇ ਤੇ ਬਹਿ ਗਿਆ ਅੱਗੇ ਤਾਂ ਮੈਂ ਅੱਗੇ ਤਾਂ ਮਾਂ ਮੈਨੂੰ ਤਿਆਰ ਕਰਕੇ ਉਸ ਨਾਲ ਤੋਰ ਦਿੰਦੀ ਸੀ ਪਰ ਉਸ ਦਿਨ ਘਰ 'ਚ ਮੇਰੇ ਇਕੱਲੇ ਹੋਣ ਤੇ ਇੰਜ ਨਾ ਹੋਇਆ। ਕੁਛ ਚਿਰ ਬਾਅਦ ਉਹਨੇ ਇੱਧਰ ਉੱਧਰ ਵੇਖਿਆ ਘਰ 'ਚ। ਕਿਸੇ ਦੇ ਨਾਂ ਦਿਸਣ ਤੇ ਉਹਨੇ ਆਵਾਜ਼ ਮਾਰੀ ਬੰਤੋ। ਉਸ ਵੇਲੇ ਮੈਂ ਬਾਹਰ ਵਿੜੇ 'ਚ ਬਣੀ ਰਸੋਈ 'ਚ ਥੰਮੀ ਦੇ ਉੱਲੇ ਛਿਪੀ ਖੜੋਤੀ ਸੀ। ਇੱਕ ਵਾਰੀ ਮੇਰੇ ਮਨ 'ਚ ਆਇਆ ਮੈਂ ਉਹਦੇ ਸਾਹਮਣੇ ਚਲੀ ਜਾਵਾਂ ਤੇ ਉਹਦੇ ਪਿੱਛੇ-ਪਿੱਛੇ ਰੋਜ਼ ਵਾਂਗ ਸੌਰੇ ਪਿੰਡ ਨੂੰ ਟੁਰ ਪਾਵਾਂ। ਪਰ ਫੇਰ ਪਤਾ ਨਹੀਂ ਮੈਂ ਉਸੇ ਥਾਂ ਤੇ ਕਿਉਂ ਚੁੱਪ ਛਿਪੀ ਖੜੋਤੀ ਰਹੀ। ਉਹ ਮੰਜੇ ਟੁੱਟ ਇੱਧਰ ਉੱਧਰ ਵੇਖਦਾ ਹੋਇਆ ਰਸੋਈ ਨੇੜੇ ਆ ਗਿਆ ਤੇ ਮੈਨੂੰ ਉੱਥੇ ਖੜੀ ਵੇਖੋਨੇ ਕਿਹਾ ਚੱਲ ਪਰ ਮੈਂ ਸ਼ਰਮ ਦੀ ਮਾਰੀ ਕੁਛ ਨਾ ਬੋਲੀ ਤੇ ਉਸੇ ਤਰ੍ਹਾਂ ਚੁੱਪ ਖੜੋ ਤੇਰੀ ਮੇਰੇ ਨਾ ਹਿਲਣ ਤੇ ਉਹਨੇ ਅੱਗੇ ਵਧ ਕੇ ਮੇਰੀ ਬਾਹ ਫੜਦਿਆਂ ਤਿੱਖੇ ਸ਼ਬਦਾਂ ਨਾਲ ਕਿਹਾ ਤੂੰ ਸਿੱਧੀ ਹੋ ਕੇ ਚੱਲੇਂਗੀ ਜਾਂ ਹਾਂ ਉਹਦੇ ਕਹਿਣ ਤੇ ਵੀ ਮੈਂ ਉਹਦੀ ਅਧੂਰੀ ਗੱਲ ਦਾ ਕੋਈ ਜਵਾਬ ਨਾ ਦਿੱਤਾ ਸੋ ਉਹਦੇ ਹੱਥੋਂ ਬਾਹ ਛੁਡਾ ਨਸ ਕੇ ਦਲਾਨ ਵਿੱਚ ਚਲੀ ਗਈ ਉਹ ਵੀ ਤਿੱਖੇ ਕਦਮਾਂ ਨਾਲ ਮੇਰੇ ਪਿੱਛੇ ਤੁਰਦਾ ਦਲਾਂਣ ਜਾ ਗਿਆ ਪਰ ਉਹ ਪਹਿਲਾਂ ਜਿਹਾ ਨਹੀਂ ਸੀ ਦਿਸ ਰਿਹਾ ਜਦੋਂ ਮੈਂ ਉਸ ਵੱਲ ਵੇਖਿਆ ਤਾਂ ਮੈਨੂੰ ਲੱਗਾ ਜਿਵੇਂ ਉਹਨੂੰ ਰੂਹ ਚੜਿਆ ਹੋਇਆ ਸੀ ਉਹਨੇ ਫੇਰ ਪਹਿਲਾਂ ਵਾਂਗ ਮੇਰੀ ਬਾਹ ਫੜ ਲਈ ਪਰ ਇਸ ਵਾਰੀ ਉਹਦੀ ਪਕੜ ਬਹੁਤ ਸਖਤ ਸੀ ਉਹਦੀ ਉਂਗਲਾਂ ਮੈਨੂੰ ਆਪਣੀ ਵੀਣੀ ਚ ਖੂਬਦੀਆਂ ਮਹਿਸੂਸ ਹੋਈਆਂ ਤੇ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਗੁੱਸੇ ਚ ਭਰਿਆ ਹੋਇਆ ਓਏ ਮੈਂ ਕਿਹਾ ਸੌਰੀ ਦੀ ਤੂੰ ਸਿੱਧੀ ਹੋ ਕੇ ਮੇਰੇ ਨਾਲ ਟੁਰ ਪੈ ਨਹੀਂ ਤਾਂ ਮੈਂ ਅਜੇ ਉਹਨੇ ਨਹੀਂ ਕਿਹਾ ਸੀ ਮੈਂ ਫਿਰ ਝਟਕੇ ਜਨ ਨਾਲ ਵੀਣੀ ਛੁਡਾ ਕੇ ਬਾਹਰ ਵਿਹੜੇ 'ਚ ਬਣੀ ਤੂੜੀ ਵਾਲੇ ਕੋਠੇ 'ਚ ਜਾਵੜੀ। ਪਤਾ ਨਹੀਂ ਉਸ ਵੇਲੇ ਮੈਨੂੰ ਕੀ ਹੋ ਗਿਆ ਸੀ। ਜਿਵੇਂ ਇਸ ਤਰ੍ਹਾਂ ਕਰਕੇ ਮੈਨੂੰ ਚੰਗਾ-ਚੰਗਾ ਲੱਗ ਰਿਹਾ ਸੀ। ਉਹ ਵੀ ਮੇਰੇ ਪਿੱਛੇ ਤੂੜੀ ਵਾਲੇ ਕੋਠੇ 'ਚ ਪਹੁੰਚ ਗਿਆ। ਤੇ ਉਹਨੇ ਮੁਰ ਪਹਿਲਾਂ ਵਾਂਗ ਕੱਸ ਕੇ ਮੇਰਾ ਗੁੱਟ ਫੜ ਲਿਆ। ਇਸ ਵਾਰੀ ਤਾਂ ਉਹਦੇ ਨਹ ਵੀ ਮੇਰੀ ਵੀਣੀ 'ਚ ਗੱਡ ਕੇ ਰਹਿ ਗਏ। ਓਏ ਬੰਤੀਏ ਤੂੰ ਸਿੱਧੀ ਹੋ ਕੇ ਤੁਰਦੀ ਐ ਜਾਂ ਇਸੇ ਤਰ੍ਹਾਂ ਨਸਦੀ ਰਹੇਂਗੀ। ਉਹਦੀ ਇਸ ਗੱਲ ਤੇ ਜਿਵੇਂ ਮੇਰੀ ਤਾਂ ਹੱਸੀ ਛੁੱਟਦੀ ਛੁੱਟਦੀ ਰਹਿ ਗਈ ਮੈਂ ਮਸਾਂ ਆਪਣੇ ਆਪ ਨੂੰ ਰੋਕਿਆ ਮੈਨੂੰ ਆਪਣੀ ਤਾਕਤ ਦਾ ਪਤਾ ਸੀ ਮੈਂ ਵੇਖਣਾ ਵੀ ਚਾਹੁੰਦੀ ਸੀ ਕਿ ਉਹ ਕਿੰਨਾ ਕੁ ਤਕੜਾ ਸੀ ਇਸ ਵਾਰੀ ਮੈਂ ਫੇਰ ਇੱਕ ਝਟਕੇ ਨਾਲ ਉਹਦੇ ਹੱਥੋਂ ਆਪਣਾ ਗੁੱਟ ਛੁੱਡਾ ਲਿਆ ਤੇ ਕੋਠੇ ਉੱਪਰ ਜਾਂਦੀਆਂ ਪੌੜੀਆਂ ਵੱਲ ਨੂੰ ਨਸੀ ਤੇ ਉਹ ਵੀ ਰੁਕਿਆ ਨਾ ਤੇ ਉਸੇ ਤਰ੍ਹਾਂ ਮੇਰੇ ਪਿੱਛੇ ਪਿੱਛੇ ਜਿਵੇਂ ਦੌੜਦਾ ਹੋਇਆ ਤੂੜੀ ਵਾਲੇ ਕੋਠੇ 'ਚੋਂ ਬਾਹਰ ਆ ਗਿਆ ਫਿਰ ਉਹ ਇੰਨੀ ਉੱਚੀ ਆਵਾਜ਼ ਨਾਲ ਚੀਕਿਆ ਕਿ ਜਿਵੇਂ ਮੈਂ ਡਰ ਕੇ ਤੇ ਸਹਿਮ ਕੇ ਰਹਿ ਗਈ ਉਹਦੀ ਉਹ ਹੀ ਆਵਾਜ਼ ਜਿਵੇਂ ਅੱਜ ਵੀ ਮੈਨੂੰ ਸੁਣਾਈ ਦੇ ਰਹੀ ਹੈ ਨਾਨੀ ਮਾ ਨੇ ਕੁਛir ਲਈ ਗੱਲ ਇੱਥੇ ਰੋਕ ਦਿੱਤੀ ਸਾਡੇ ਵਿੱਚੋਂ ਵੀ ਕਿਸੇ ਨੇ ਕੁਝ ਨਾ ਕਿਹਾ ਨਾ ਹੀ ਨਾਨੀ ਮਾ ਕੋਲੋਂ ਕੁਝ ਪੁੱਛਿਆ ਅਸੀਂ ਪਹਿਲਾਂ ਵਾਂਗ ਉਹਦੇ ਅੱਗੇ ਬੋਲਣ ਦਾ ਇੰਤਜ਼ਾਰ ਕਰਨ ਲੱਗੇ ਕੁਛ ਚੁੱਪ ਰਹਿ ਨਾਨੀ ਮਾ ਫਿਰ ਅੱਗੇ ਦੀ ਕਹਾਣੀ ਦੱਸਣ ਲੱਗੀ ਉਹਦੀ ਅਜਿਹੀ ਕੜਕਵੀਂ ਆਵਾਜ਼ ਸੁਣ ਕੇ ਕੋਠੇ ਵੱਲ ਨੂੰ ਜਾਂਦੇ ਮੇਰੇ ਪੈਰ ਹੌਲੇ ਹੋ ਗਏ ਬਾਰ-ਬਾਰ ਮੇਰੇ ਹੱਥੋਂ ਬਾਹਰ ਛੁਡਾ ਕੇ ਨਸੀਰੀ ਤੇ ਮੈਂ ਤੈਨੂੰ ਫੜਦਾ ਰਿਆ ਜਾ ਸੌਰੀ ਦੀਏ ਫਿਰ ਹੁਣ ਤੂੰ ਹਮੇਸ਼ਾ ਲਈ ਨਸੀਰ ਐ ਇਨਾਂ ਅੱਖੋਂ ਮਰਦ ਹੋਰ ਕੁਝ ਕਹੀ ਤੇ ਪਿੱਛੇ ਦੇਖੇ ਬਿਨਾ ਬਾਹਰਲੇ ਬੂਹੇ ਵੱਲ ਟੁਰ ਪਿਆ ਮੈਨੂੰ ਕਮਲੇ ਨੂੰ ਸਮਝ ਹੀ ਨਾ ਆਈ ਕਿ ਕੀ ਹੋ ਗਿਆ ਭਾਵੇਂ ਉਸ ਵੇਲੇ ਨਾ ਤਾਂ ਮੈਨੂੰ ਇਹਨਾਂ ਗੱਲਾਂ ਦਾ ਪਤਾ ਸੀ ਤੇ ਨਾ ਹੀ ਇਹਨੇ ਅਕਲ ਸੀ ਪਰ ਤਾਂ ਵੀ ਮੇਰਾ ਮਨ ਕੀਤਾ ਕਿ ਮੈਂ ਉਸ ਟੋਰੇ ਜਾਂਦੇ 17-18 ਵਰਿਆਂ ਦੇ ਮਰਦ ਨੂੰ ਆਵਾਜ਼ ਮਾਰ ਕੇ ਰੋਕ ਲਵਾ ਜਾਂ ਉਹਦੇ ਪਿੱਛੇ-ਪਿੱਛੇ ਨਸ ਕੇ ਉਹਨੂੰ ਫੜ ਲਵਾ ਪਰ ਮੈਂ ਇਹ ਨਾ ਕਰ ਸકી ਜਾਂ ਮੇਰੇ ਕੋਲੋਂ ਇਹ ਹੋਇਆ ਹੀ ਨਾ ਬਸ ਫੇਰ ਕੀ ਸੀ ਉਹ ਪਲ ਮੇਰੇ ਕੋਲੋਂ ਖੁੰਝ ਗਿਆ ਮੇਰੇ ਹੱਥੋਂ ਨਿਕਲ ਗਿਆ ਅਜਿਆ ਖੁੰਝਿਆ ਅਜਿਆ ਨਿਕਲਿਆ ਕਿ ਮੁੜ ਫੜਿਆ ਹੀ ਨਾ ਗਿਆ ਮੈਂ ਸਾਰੀ ਉਮਰ ਉਸ ਖੁੰਝੇ ਪਲ ਦਾ ਅਫਸੋਸ ਕਰਦੀ ਰਹੀ ਮਨ ਵਿੱਚ ਇਹੋ ਸੋਚ ਕੇ ਮੈਂ ਚੰਦਰੀ ਨੇ ਉਹਨੂੰ ਤੁਰੇ ਜਾਂਦੇ ਨੂੰ ਕਿਉਂ ਨਾ ਰੋਕ ਲਿਆ ਜੇ ਇੱਕ ਵਾਰੀ ਰੋਕ ਲੈਂਦੀ ਖਰੇ ਰੁਕ ਹੀ ਜਾਂਦਾ ਮੈਂ ਪੌੜੀਆਂ ਕੋਲ ਖੜੋਤੀ ਨਸ ਕੇ ਬਾਹਰ ਬੁਈਤੀ ਗਈ ਮੈਂ ਵੇਖਿਆ ਉਹ ਲੰਬੀ ਬਹੀ ਚ ਤੁਰਿਆ ਜਾ ਰਿਹਾ ਸੀ ਇੱਕ ਵਾਰੀ ਤਾਂ ਮੈਨੂੰ ਇਉਂ ਲੱਗਾ ਜਿਵੇਂ ਉਹ ਗਲੀ ਦੇ ਅਖੀਰ ਤੇ ਪਹੁੰਚ ਜ਼ਰੂਰ ਪਿੱਛੇ ਮੁੜ ਕੇ ਵੇਖੇਗਾ ਤੇ ਮੈਂ ਉਹਨੂੰ ਸੈਨਤ ਕਰਕੇ ਬੁਲਾ ਲਵਾਂਗੀ ਪਰ ਉਹਨੇ ਇੰਜ ਨਾ ਕੀਤਾ ਪਿੱਛੇ ਮੁੜ ਕੇ ਵੀ ਨਾ ਦੇਖਿਆ ਉਹ ਤਾਂ ਉਸੇ ਤਰ੍ਹਾਂ ਦੁਰਦਾ ਦੁਰਦਾ ਗਲੀ ਪਾਰ ਕਰ ਗਿਆ ਤੇ ਮੈਂ ਨਿਕਰਮੀ ਉੱਥੇ ਇਕੱਲੀ ਖੜੁੱਤੀ ਰਹਿ ਗਈ ਉਹ ਚਲਾ ਗਿਆ ਮੈਂ ਮਨਚੂ ਸੋਚਿਆ ਮਰਦ ਹੈ ਐਵੇਂ ਗੁੱਸਾ ਕਰ ਗਿਆ ਜੇ ਅੱਜ ਭਰਿਆ ਚਲਾ ਗਿਆ ਤੇ ਕੱਲ ਫੇਰ ਖਾਲੀ ਹੋ ਕੇ ਆ ਜਾਏਗਾ ਜਦੋਂ ਸ਼ਾਮੀ ਬਾਪੂ ਤੇ ਮਾਂ ਘਰ ਮੁੜੇ ਤੇ ਮੈਂ ਉਹਨਾਂ ਨੂੰ ਕੁਝ ਨਾ ਦੱਸਿਆ ਬਸ ਇਹ ਕਹਿ ਕੇ ਗੱਲ ਮੁਕਾਤੀ ਕਿ ਉਹ ਤਾਂ ਆਇਆ ਹੀ ਨਹੀਂ ਮੈਂ ਆਉਣ ਵਾਲੀ ਕੱਲ ਦਾ ਇੰਤਜ਼ਾਰ ਕਰਨ ਲੱਗੀ ਮੈਂ ਉਹ ਰਾਤ ਮਸਾਂਹ ਕੱਟੀ ਮੈਂ ਸਾਰਾ ਦਿਨ ਉਹਨੂੰ ਯਾਦ ਕਰਦੀ ਰਹੀ ਉਹ ਸੋਚ ਕੇ ਕਿ ਉਹ ਜ਼ਰੂਰ ਆਏਗਾ ਤੇ ਮੈਂ ਰੋਜ਼ ਵਾਂਗੋ ਦੇ ਪਿੱਛੇ-ਪਿੱਛੇ ਸਾਰੇ ਘਰ ਨੂੰ ਟੁਰ ਪਾਵਾਂਗੀ ਅਗਲੀ ਸਵੇਰ ਮੈਂ ਵਿਹੜੇ 'ਚ ਮੰਜਾ ਢਾਕੇ ਉੱਚੀਚਾ ਸੰਦੂਕ ਵਿੱਚੋਂ ਚਿਟਾਖੀ ਇਸ ਕੱਢ ਕੇ ਉੱਤੇ ਵਿਛਾਇਆ ਮੈਂ ਉਹਦੀ ਉਡੀਕ ਕਰਨ ਲੱਗੀ ਪਰ ਉਹ ਨਾ ਆਇਆ ਫਿਰ ਉਹ ਤੋਂ ਅਗਲੇ ਦਿਨ ਵੀ ਨਾ ਆਇਆ ਤੇ ਨਾ ਹੀ ਅਗਲੇ ਦਿਨ ਬਸ ਫਿਰ ਗੱਲ ਕੀ ਉਹ ਤਾਂ ਕਦੇ ਮੁੜਿਆ ਹੀ ਨਹੀਂ ਮੇਰੀ ਤਾਂ ਸਾਰੀ ਉਮਰ ਹੀ ਇਸੇ ਤਰ੍ਹਾਂ ਉਹਦੀ ਉਡੀਕ ਕਰਦਿਆਂ ਲੰਘ ਗਈ ਮੇਰਾ ਪਿਓ 3-4 ਦਿਨਾਂ ਬਾਅਦ ਮੇਰੇ ਸਹੁਰੇ ਕਰ ਗਿਆ ਪਰ ਮੇਰੇ ਸਹੁਰੇ ਉਹਨੂੰ ਇਹ ਕਹਿ ਕੇ ਵਾਪਸ ਮੋੜ ਦਿੱਤਾ ਕਿ ਮੁੰਡਾ ਕੁੜੀ ਨੂੰ ਲਿਆਉਣ ਲਈ ਰਾਜ਼ੀ ਨਹੀਂ ਹੁੰਦਾ ਪਰ ਮੈਨੂੰ ਇਸ ਤਰ੍ਹਾਂ ਲੱਗਿਆ ਕਰੇ ਜਿਵੇਂ ਇੱਕ ਦਿਨ ਉਹ ਆਏਗਾ ਜ਼ਰੂਰ ਆਏਗਾ ਤੇ ਵਿਹੜੇ 'ਚ ਡਈ ਮੰਝੇ ਤੇ ਆ ਕੇ ਚੁੱਪਚਾਪ ਬਹਿ ਜਾਏਗਾ ਮੇਰੀ ਮਾਂ ਮੈਨੂੰ ਤਿਆਰ ਕਰਕੇ ਉਸ ਨਾਲ ਟੋਰ ਦੇਗੀ ਮੈਂ ਉਸ ਲਈ ਰੋਜ਼ ਹੀ ਵਿਹੜੇ 'ਚ ਮੰਝਾ ਡਾਉਂਦੀ ਸੰਦੂਕ 'ਚ ਚਿੱਟਾ ਕੈਸ ਕੱਢ ਕੇ ਵਿਛਾਉਂਦੀ ਉਹਦੀ ਉਡੀਕ ਕਰਦੀ ਪਰ ਉਹ ਨਹੀਂ ਆਇਆ ਦਿਨ ਬੀਤਣ ਲੱਗੇ ਬੀਤਦਿਆਂ 20 ਬਰੇ ਲੰਘ ਗਏ ਪਰ ਉਹਨੇ ਕਦੇ ਮੁੜ ਕੇ ਮੇਰੀ ਸੂ ਨਾ ਲਈ ਫਿਰ ਤਾਂ ਸਾਰਾ ਜੀਵਨ ਹੀ ਕਿਸੇ ਦੇ ਇੰਤਜ਼ਾਰ ਚ ਲੰਘ ਗਿਆ ਪਿਓ ਮੇਰੇ ਨੇ ਰਿਸ਼ਤਾ ਕਿਤੇ ਹੋਰ ਕਰਨ ਲਈ ਬਹੁਤ ਧੇਰਾਇਆ ਪਰ ਮੈਂ ਨਾ ਮੰਨੀ ਮੈਨੂੰ ਲੱਗਿਆ ਕਰੇ ਕਿ ਜੇ ਕਿਤੇ ਇੱਕ ਦਿਨ ਉਹ ਮੈਨੂੰ ਲੈਣ ਆ ਗਿਆ ਤਾਂ ਕੀ ਕਹੇਗਾ ਮੇਰੇ ਬਾਰੇ ਕੀ ਸੋਚੇਗਾ ਨਾਨੀ ਮਾਣੇ ਗਾਲਿਥੀ ਛੱਡ ਦਿੱਤੀ ਖਾਸੇ ਚਿਰ ਦੇ ਇੰਤਜ਼ਾਰ ਤੋਂ ਬਾਅਦ ਵੀ ਉਹ ਕੁਝ ਨਾ ਬੋਲੀ ਅਸੀਂ ਆਪਣੇ ਆਪਣੇ ਮੰਜਿਆਂ ਤੇ ਪਏ ਸਾਂ ਚੁੱਪ ਤੇ ਖਾਮੋਸ਼ ਜਿਵੇਂ ਸਾਡੇ ਸਾਰਿਆਂ 'ਚ ਇੱਕ ਭਿਆਨਕ ਸਨਾਟਾ ਜਿਹਾ ਖਿਲਰ ਗਿਆ ਸੀ ਜਿਵੇਂ ਹੁਣੇ ਸਾਡੇ ਸਾਹਮਣੇ ਦੇਖਦੇ ਦੇਖਦੇ ਨਾਨੀ ਮਾਣ ਨਾਲ ਬਹੁਤ ਜ਼ਿਆਦਤੀ ਹੋ ਗਈ ਸੀ ਬਹੁਤ ਮਾੜਾ ਹੋ ਗਿਆ ਸੀ ਉਸ ਨਾਲ ਫਲਾਂ ਵਿੱਚ ਹੀ ਉਹਦਾ ਸਭ ਕੁਝ ਉਜੜ ਗਿਆ ਮਰਮੁਕ ਗਿਆ ਸੀ ਹਨੇਰਾ ਹੋਣ ਕਰਕੇ ਸਭ ਦੇ ਆਕਾਰ ਦਿਸ ਰਹੇ ਸਨ ਪਰ ਕਿਸੇ ਦੇ ਚਿਹਰੇ ਦੇ ਭਾਵ ਨਹੀਂ ਪੜੇ ਜਾ ਰਹੇ ਨਾਨੀ ਮਾਂ ਦੇ ਵੀ ਨਹੀਂ ਕਿਸੇ ਹੋਰ ਦੇ ਵੀ ਨਹੀਂ ਪਤਾ ਨਹੀਂ ਇਹ ਗੱਲ ਦੱਸ ਕੇ ਨਾਨੀ ਮਾਂ ਨਾਲ ਕੀ ਬੀਤ ਰਹੀ ਸੀ ਕਿਸੇ ਨੂੰ ਕੁਝ ਵੀ ਪਤਾ ਨਾ ਲੱਗਿਆ ਉਸ ਵੇਲੇ ਤਾਂ ਸਾਰਿਆਂ ਦੇ ਮਨ ਚ ਇੱਕ ਟੀਸ ਸੀ ਇੱਕ ਦਰਦ ਸੀ ਉਹ ਟੀਸ ਤੇ ਦਰਦ ਸੀ ਆਪਣੇ ਆਪਣੇ ਅੰਦਰ ਸੰਭੀ ਬੈਠੇ ਸਾਂ ਉਸ ਨਾਨੀ ਮਾਂ ਲਈ ਜਿਹੜੀ ਸਾਡੇ ਵਿਚਕਾਰ ਮੰਜਾ ਡਾਈ ਲੰਮੀ ਪਈ ਸੀ ਉਹ ਤੀਸ ਤੇ ਦਰਦ ਮੇਰੇ ਮਨ ਵਿੱਚ ਵੀ ਸੀ। ਮੇਰੇ ਨੇੜੇ ਮੰਜੇ ਤੇ 83 ਵਰਿਆਂ ਦੀ ਇੱਕ ਔਰਤ ਪਈ ਸੀ। ਔਰਤ ਵੀ ਕਹਦੀ ਕਿ ਸ਼ੇਰ ਨੇ ਜਿਹਨੇ 14 ਵਰਿਆਂ ਦੀ ਉਮਰ ਚ ਇੱਕ ਮਰਦ ਚੋਰ ਦੀ ਵੀਣੀ ਫੜ ਲਈ ਸੀ ਤੇ ਛੱਡੀ ਨਹੀਂ ਸੀ। ਫਿਰ ਕਿਵੇਂ ਉਹ ਚੋਰ ਮਰਦ ਉਸ ਰਾਤ ਦੇ ਅਖੀਰ ਪੈਰ ਤੀਕ ਉਹਦੇ ਮੰਜੇ ਦੇ ਪਾਵੀ ਕੋਲ ਬੈਠਾ ਰਿਹਾ ਸੀ। ਤੇ ਅਜਿਹਾ ਹੋਣ ਤੇ ਪਿੰਡ ਦੀ ਇੱਕ ਆਮ ਸਧਾਰਨ ਜੀ ਬੰਤੋਂ ਨਾਂ ਦੀ ਕੁੜੀ ਕਿਵੇਂ ਬੰਤੋਂ ਸ਼ੇਰ ਨੇ ਕਰਕੇ ਸੱਦੀ ਜਾਣ ਲੱਗੀ ਸੀ। ਫਿਰ ਉਹ ਕਿਵੇਂ ਆਪਣੇ ਪਿੰਡ 'ਚ ਹੀ ਨਹੀਂ ਸਗੋਂ ਦੂਰ ਦਰਾਜ ਦੇ ਇਲਾਕੇ ਵਿੱਚ ਵੀ ਮਸ਼ਹੂਰ ਹੋ ਗਈ ਸੀ ਪਰ ਫਿਰ ਉਹੀ ਸ਼ੇਧਨੀ ਔਰਤ ਕਿਵੇਂ ਇੱਕ ਦਿਨ ਇੱਕ ਆਮ ਸਧਾਰਨ ਜੇ ਮਰਦ ਕੋਲੋਂ ਹਮੇਸ਼ਾ ਖਾਤਰ ਆਪਣੇ ਐਡੇ ਲੰਬੇ ਜੀਵਨ ਦੀ ਬਾਜ਼ੀ ਹਾਰ ਗਈ ਸੀ ਮੈਂ ਇੱਕ ਵਾਰੀ ਫਿਰ ਸਾਡੇ ਸਾਰਿਆਂ ਦੇ ਨੇੜੇ ਲੰਮੀ ਪਈ ਨਾਨੀ ਮਾਂ ਦੇ ਚਿਹਰੇ ਵੱਲ ਵੇਖਿਆ ਪਰ ਹਨੇਰਾ ਹੋਣ ਕਰਕੇ ਬਹੁਤ ਗੌਰ ਕੀਤਿਆਂ ਵੀ ਮੈਨੂੰ ਪਤਾ ਨਾ ਲੱਗਾ ਕਿ ਉਸ ਵੇਲੇ ਉੱਥੇ ਚੜਦਾ ਸੂਰਜ ਸੀ ਜਾਂ ਪਲਤਨ ਸੁੱਟਦਾ ਆਖਰੀ ਸਾਹ ਗਣਦਾ ਦੀਵਾ ਜਿਹੜਾ ਮੈਨੂੰ ਹਨੇਰਾ ਹੋਣ ਕਰਕੇ ਨਹੀਂ ਦਿਸ ਰਿਹਾ ਸੀ ਧੰਨਵਾਦ